ਯਾ ਅੱਲਾ ਸਾਨੂੰ ਮਾਫ ਕਰ ਦੇ ਯਾ ਅੱਲਾ ਸਾਨੂੰ ਮਾਫ ਕਰ ਦੇ ਐ ਅੱਲਾ ਤੇਰੇ ਅਜ਼ਾਬ ਨੂੰ ਦਾਵਤ ਦੇ ਰਿਹਾ ਰੱਬਾ ਮਾਫ ਕਰ ਦੇ ਕਦੀ ਇੰਜ ਵੀ ਨਹੀਂ ਸੀ ਸੁਣਿਆ ਹਜ਼ਰਤ ਆਦਮ ਅਲੈਹਿ ਸਲਾਮ ਤੋਂ ਲੈ ਕੇ ਅੱਜ ਤੱਕ ਬੜੇ ਬੜੇ ਫਿਰਾਉਨ ਆਏ ਨੇ ਮਗਰ ਬੈਤੁੱਲਾ ਦਾ ਤਵਾਫ ਬੰਦ ਨਹੀਂ ਹੋਇਆ ਬੜੇ ਬੜੇ ਨਮਰੂਦ ਆਏ ਨੇ ਬੈਤੁੱਲਾ ਦਾ ਤਵਾਫ ਮੁਤਾਫ ਬੰਦ ਨਹੀਂ ਹੋਇਆ ਬੜੇ ਬੜੇ ਕਾਰੂਨ ਆਏ ਨੇ ਮਗਰ ਦਰੇ ਮੁਸਤਫਾ ਦਾ ਦਰਵਾਜ਼ਾ ਬੰਦ ਨਹੀਂ ਹੋਇਆ ਬੜੇ ਬੜੇ ਜਾਬਰ ਕਾਰੂਨ ਸ਼ਰਦਾਰ ਵਰਗੇ ਬੜੇ ਬੜੇ ਖੂਨ ਖਾਰ ਦਰਿੰਦੇ ਆਏ ਨੇ ਯਜ਼ੀਦ ਪਲੀਤ ਵੀ ਆਇਆ ਹੈ ਮਗਰ ਤੇਰੇ ਮਹਬੂਬ ਦੇ ਦਰੇ ਅਕਦਸ ਦਾ ਦਰਵਾਜ਼ਾ ਕਦੀ ਬੰਦ ਨਹੀਂ ਹੋਇਆ ਰੱਬਾ ਕਿਹੋ ਜਿਹਾ ਹੁਕਮਰਾਨ ਦੇ ਦਿੱਤੇ ਈ ਰੱਬਾ ਕਿਹੋ ਜਿਹਾ ਮਾਸ਼ਰਾ ਦੇ ਦਿੱਤਾ ਈ ਕਿਹੋ ਜਿਹੇ ਮਾਸ਼ਰੇ ਵਿੱਚ ਜੀ ਰਹੇ ਆ ਗਲਤੀਆਂ ਸਾਡੀਆਂ ਨੇ ਰੱਬਾ ਮਾਫ ਕਰ ਦੇਵੀ ਰੱਬਾ ਮਾਫ ਕਰ ਦੇਵੀ ਰੱਬਾ ਅਸੀਂ ਗੁਨਾਹਗਾਰ ਆ ਕਦਮ ਕਦਮ ਤੇ ਤੇਰੀ ਨਾ ਫਰਮਾਨੀ ਕਰਨ ਵਾਲੇ ਆ ਰੱਬਾ ਮਾਫ ਕਰ ਦੇਵੀ ਅੱਜ ਬੈਤੁੱਲਾ ਨੂੰ ਵੇਖੋ ਇੱਕ ਮੁਸਲਮਾਨ ਗਸ਼ ਖਾ ਕੇ ਡਿੱਗ ਪਏਗਾ ਮੁਸਤਫਾ ਦੇ ਰੋਜ਼ਾ ਅਕਦਸ ਨੂੰ ਵੇਖੋ ਮੁਸਲਮਾਨ ਈਮਾਨ ਵਾਲਾ ਗਸ਼ ਖਾ ਕੇ ਡਿੱਗ ਪਏਗਾ ਯਾਰ 1400 ਸਾਲ ਤੋਂ ਬਾਅਦ ਇਹੋ ਜਿਹਾ ਮਾਮਲਾ ਕਦੀ ਹੋਇਆ ਨਹੀਂ ਓਏ ਤੇ ਮੋਦੀ ਦਾ ਮੰਦਰ ਬੰਦ ਕਰਨਾ ਸੀ ਬੇਹਰਿਆਈ ਨੂੰ ਬੰਦ ਕਰਨਾ ਸੀ ਅਮਰੀਕਾ ਨੂੰ ਕਰਨਾ ਸੀ ਆਖਰੀ ਨੂੰ ਵੀ ਯਹੂਦਾ ਵਨਸਾਰਾ ਮਿਨ ਜਜ਼ੀਰਾ ਬਿਲਾਬੇ ਮੇਰੇ ਆਕਾ ਨੇ ਫਰਮਾਇਆ ਪਾਕ ਉਮਰ ਮੇਰੇ ਸਿਹਾਬਾ ਐ ਅਮੀਰੇ ਮਾਵੀਆ ਅਰਬ ਦੇ ਅੰਦਰ ਕੋਈ ਮੁਸ਼ਰਕ ਨਾ ਰਵੇ ਲੇਕਿਨ ਇਹਨਾਂ ਨੇ ਆਪਣੇ ਮੁਲਕ ਦੇ ਅੰਦਰ ਪਾਕ ਸਰਜ਼ਮੀਨ ਤੇ ਮੰਦਰ ਬਣਵਾ ਦਿੱਤੇ ਗੁਰਦੁਆਰੇ ਬਣਾ ਦਿੱਤੇ ਬੇਹਯਾਈ ਫੁਆਸ਼ੀ ਉਰਯਾਨੀ ਤੇ ਰੱਬ ਦੇ ਅਜ਼ਾਬ ਤਾਂ ਫਿਰ ਆ ਗਏ ਨੇ ਰੱਬ ਦੀਆਂ ਰਹਿਮਤਾਂ